ਗੁਰੂ ਕਾਲ ਦਾ ਇਤਿਹਾਸ ਅਜੇ ਬਹੁਤ ਸਾਰੀ ਖੋਜ ਦਾ ਮੁਹਤਾਜ ਹੈ। ਇਸ ਕਾਲ ਦੇ ਕਈ ਗੁਰਮੁਖ ਭਗਤਾਂ ਤੇ ਬਹਾਦਰ ਸ਼ੂਰਵੀਰ ਹੋਏ ਨੇ। ਉਹਨਾਂ ਵਿੱਚੋਂ ਹੀ ਇੱਕ ਸਨ ਭਾਈ ਜੈਤਾ ਜੀ, ਜੋ 1699 ਈਸਵੀ ਦੀ ਵਿਸਾਖੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਜੀ ਬਣੇ। ਅੱਜ ਤੁਹਾਡੇ ਨਾਲ ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਸਾਂਝੀਆਂ ਕਰਾਂਗੇ। ਭਾਈ ਜੈਤਾ ਜੀ ਯਾਨੀ ਕਿ ਭਾਈ ਜੀਵਨ ਸਿੰਘ ਜੀ ਦਾ ਜਨਮ ਘੱਟੋ ਘੱਟ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ 20 ਕੁ ਸਾਲ ਪਹਿਲਾਂ ਹੀ ਹੋਇਆ ਹੋ ਸਕਦਾ ਹੈ, ਕਿਉਂਕਿ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਲਿਆਉਣ ਵਾਲਾ ਕੋਈ ਜਵਾਨ ਉਮਰ ਦਾ ਫੁਰਤੀਲਾ ਹੀ ਹੋ ਸਕਦਾ ਹੈ। ਪਿੰਡ ਰਾਮਦਾਸ, ਜ਼ਿਲ੍ਹਾ ਅੰਮ੍ਰਿਤਸਰ ਨਿਵਾਸੀ ਸੁਖ ਭਾਨ ਜੀ ਦੇ ਪੁੱਤਰ ਜਸ ਭਾਨ ਦੇ ਗ੍ਰਹਿ ਵਿਖੇ ਸਦਾ ਰਾਮ ਜੀ ਪੈਦਾ ਹੋਏ। ਬਾਬਾ ਸਦਾ ਰਾਮ ਜੀ ਦਾ ਵਿਆਹ ਬੀਬੀ ਪ੍ਰੇਮੋ ਨਾਲ ਹੋਇਆ, ਜਿਨ੍ਹਾਂ ਦੀ ਕੁੱਖ ਤੋਂ ਭਾਈ ਜੈਤਾ ਜੀ ਦਾ ਜਨਮ ਹੋਇਆ ਤੇ ਬੀਬੀ ਪ੍ਰੇਮੋ ਜੀ ਭਾਈ ਸਾਹਿਬ ਜੀ ਨੂੰ ਜਨਮ ਦੇ ਕੇ ਹੀ ਗੁਜ਼ਰ ਗਏ। ਜਦੋਂ ਬਕਾਲੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਸੁਭਾਏਮਾਨ ਹੋਣ ਨਾਲ ਸੰਗਤਾਂ ਦਰਸ਼ਨ ਲਈ ਟੁੱਟ ਪਈਆਂ ਤਾਂ ਉਸ ਵੇਲੇ ਭਾਈ ਸਦਾ ਰਾਮ ਜੀ ਵੀ ਬਾਲਕ ਭਾਈ ਜੈਤਾ ਜੀ ਨੂੰ ਨਾਲ ਲੈ ਕੇ ਦਰਸ਼ਨਾਂ ਲਈ ਪੁੱਜੇ। ਭਾਈ ਸਦਾ ਰਾਮ ਜੀ ਦੇ ਅਸ਼ਾਂਤ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ। ਗੁਰੂ ਚਰਨਾਂ ਨਾਲ ਅਜਿਹੀ ਪ੍ਰੀਤ ਜੁੜੀ ਕਿ ਆਪ ਜੀ ਸੰਗਤਾਂ ਦੀ ਸੇਵਾ ਵਿੱਚ ਹੀ ਲੀਨ ਹੋ ਗਏ। ਗੁਰੂ ਸਾਹਿਬ ਨੇ ਬਾਲ ਨੂੰ ਪਿਆਰ ਦਿੰਦਿਆਂ ਉਸਦਾ ਨਾਮ ਜੈਤਾ ਰੱਖ ਦਿੱਤਾ ਤੇ ਨਾਲ ਹੀ ਯੋਧਾ ਪਰਉਪਕਾਰੀ ਹੋਣ ਦੀ ਅਸੀਸ ਦਿੱਤੀ। ਮੁੜ ਤੋਂ ਹੀ ਗੁਰੂ ਘਰ ਨਾਲ ਸੰਬੰਧਿਤ ਹੋਣ ਕਰਕੇ ਭਾਈ ਸਦਾ ਰਾਮ ਜੀ ਬਾਲ ਰੂਪ ਜੈਤਾ ਜੀ ਨੂੰ 9ਵੇਂ ਪਾਤਸ਼ਾਹ ਨਾਲ ਪਟਨੇ ਹੀ ਲੈ ਆਏ ਸਨ। ਜੈਤਾ ਜੀ ਦਾ ਜਨਮ ਜ਼ਿਆਦਾਤਰ ਬਾਲ ਗੋਬਿੰਦ ਰਾਏ ਜੀ ਦੇ ਨਾਲ ਪਟਨੇ ਵਿੱਚ ਹੀ ਬੀਤਿਆ। ਜਦੋਂ ਮਾਤਾ ਗੁਜਰੀ ਜੀ ਪਰਿਵਾਰ ਸਮੇਤ ਪਟਨੇ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਪੁੱਜੇ ਤਾਂ ਭਾਈ ਸਦਾ ਰਾਮ ਜੀ ਜੈਤਾ ਜੀ ਸਮੇਤ ਅਨੰਦਪੁਰ ਸਾਹਿਬ ਆ ਵਸੇ। ਭਾਈ ਜੈਤਾ ਜੀ ਨੇ ਪਟਨਾ ਸਾਹਿਬ ਵਿਖੇ ਹੀ ਗੁਰਮੁਖੀ, ਗੁਰਬਾਣੀ ਤੇ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਉਸਦੇ ਮੁਹਤਬਰ ਸਲਾਹਕਾਰਾਂ ਅਤੇ ਕਾਜ਼ੀਆਂ ਨਾਲ ਹਿੰਦੂ ਕੌਮ ਦੇ ਮਸਲੇ ਉੱਤੇ ਗੱਲਬਾਤ ਕਰਨ ਲਈ ਅਤੇ ਉਹਨਾਂ ਦੇ ਹਿੱਤਾਂ ਲਈ ਦਿੱਲੀ ਵੱਲੋਂ ਚਾਲੇ ਪਾਉਂਦੇ ਨੇ ਤਾਂ ਆਪਣੇ ਨਾਲ ਪੰਜ ਮੁਖੀ ਅਤੇ ਵਿਦਵਾਨ ਗੁਰਸਿੱਖਾਂ ਨੂੰ ਨਾਲ ਰੱਖਦੇ ਨੇ, ਜਿਨ੍ਹਾਂ ਵਿੱਚੋਂ ਇੱਕ ਭਾਈ ਜੈਤਾ ਜੀ ਯਾਨੀ ਕਿ ਭਾਈ ਜੀਵਨ ਸਿੰਘ ਜੀ ਵੀ ਉਹਨਾਂ ਦੇ ਨਾਲ ਸੀ। ਇਸ ਤੋਂ ਇਲਾਵਾ ਕਾਫੀ ਵੱਡਾ ਵਹੀਰ ਸੰਗਤਾਂ ਦਾ ਉਹਨਾਂ ਦੇ ਨਾਲ ਜੁੜ ਗਿਆ ਸੀ। ਗੁਰੂ ਸਾਹਿਬ ਪੰਜਾਬ, ਹਰਿਆਣਾ ਤੇ ਯੂਪੀ ਦੇ ਕੁਝ ਇਲਾਕਿਆਂ ਦਾ ਪ੍ਰਚਾਰ ਦੌਰਾ ਕਰਕੇ ਲੋਕਾਈ ਨੂੰ ਗੁਰਮਤ ਦ੍ਰਿੜ ਕਰਵਾ ਕੇ ਜ਼ੁਲਮ ਨਾਲ ਟੱਕਰ ਲੈਣ ਦਾ ਸਾਹਸ ਪੈਦਾ ਕਰਦੇ ਹੋਏ ਆਗਰੇ ਪੁੱਜੇ ਤਾਂ ਗੁਰੂ ਸਾਹਿਬ ਨੂੰ ਆਗਰੇ ਵਿਖੇ ਹਿਰਾਸਤ ਵਿੱਚ ਲੈ ਲਿੱਤਾ ਗਿਆ। ਇਸ ਸਮੇਂ ਗੁਰੂ ਸਾਹਿਬ ਨੇ ਪੰਜ ਵਿਦਵਾਨ ਅਤੇ ਗੁਰਮੁਖੀ ਗੁਰਸਿੱਖਾਂ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ ਤੇ ਭਾਈ ਜੈਤਾ ਜੀ ਨੂੰ ਨਾਲ ਲਿਆ ਤੇ ਬਾਕੀ ਸਾਰੀਆਂ ਸੰਗਤਾਂ ਨੂੰ ਆਪਣੇ ਆਪਣੇ ਘਰ ਪਰਤ ਜਾਣ ਦਾ ਹੁਕਮ ਦਿੱਤਾ ਅਤੇ ਜ਼ੁਲਮ ਨਾਲ ਟਾਕਰਾ ਲੈਣ ਲਈ ਤਿਆਰ ਰਹਿਣ ਦਾ ਉਪਦੇਸ਼ ਵੀ ਦਿੱਤਾ। ਸ਼ਾਹੀ ਦਰਬਾਰ ਵੱਲੋਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਬੜਾ ਹੀ ਯੋਗ ਸਤਿਕਾਰ ਹੋਇਆ ਤੇ ਉਸ ਉਪਰੰਤ ਸਾਰੇ ਮਾਮਲੇ ਉੱਪਰ ਵਿਚਾਰ ਵਟਾਂਦਰਾ ਹੋਇਆ। ਸਿੱਟਾ ਤਾਂ ਕੁਝ ਨਹੀਂ ਨਿਕਲਿਆ ਪਰ ਕਈ ਦਰਬਾਰੀਆਂ ਉੱਤੇ
ਗੁਰੂ ਸਾਹਿਬ ਦੇ ਵਿਚਾਰਾਂ ਦਾ ਬਹੁਤ ਹੀ ਚੰਗਾ ਪ੍ਰਭਾਵ ਪਿਆ। ਉਹਨਾਂ ਦੇ ਮਨਾਂ ਅੰਦਰ ਗੁਰੂ ਪਾਤਸ਼ਾਹ ਲਈ ਸਤਿਕਾਰ ਪੈਦਾ ਹੋ ਗਿਆ। ਮੁਗਲ ਹਾਕਮ ਆਪਣੀ ਬਾਜ਼ੀ ਹਾਰਦਾ ਵੇਖ ਰਿਹਾ ਸੀ, ਇਸ ਕਰਕੇ ਉਹਨਾਂ ਗੁਰੂ ਸਾਹਿਬ ਨੂੰ ਕਤਲ ਦੀਆਂ ਧਮਕੀਆਂ ਦੇਣੀਆਂ ਆਰੰਭ ਕਰ ਦਿੱਤੀਆਂ। ਕਾਜ਼ੀਆਂ ਨੇ ਹਰ ਕੀਮਤ 'ਤੇ ਜ਼ਬਰੀ ਧਰਮ ਬਦਲਾਈ ਜਾਣ ਵਾਸਤੇ ਬਹੁਤ ਕੁਝ ਕੀਤਾ, ਪਰ ਗੁਰੂ ਸਾਹਿਬ ਅਡੋਲ ਰਹੇ। ਗੁਰੂ ਸਾਹਿਬ ਨੇ ਭਾਈ ਜੈਤਾ ਜੀ ਅਤੇ ਭਾਈ ਗੁਰਦਿੱਤਾ ਜੀ ਨੂੰ ਆਖਿਆ ਕਿ ਉਹ ਸ਼ਹਿਰ ਵਿੱਚ ਰਹਿਣ ਅਤੇ ਉਹਨਾਂ ਨਾਲ ਜੋ ਬੀਤੇ ਉਸ ਅਨੁਸਾਰ ਲੋੜੀਂਦੀ ਕਾਰਵਾਈ ਕਰਨ 'ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੀ ਖਬਰ ਪਹੁੰਚਾਈ ਜਾਵੇ। ਬਾਕੀ ਤਿੰਨ ਸਿੱਖ ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀਦਾਸ ਜੀ ਗੁਰੂ ਸਾਹਿਬ ਦੇ ਨਾਲ ਹੀ ਰਹੇ। ਗੁਰੂ ਸਾਹਿਬ ਤੋਂ ਪਹਿਲਾਂ ਇਹਨਾਂ ਤਿੰਨ ਗੁਰਸਿੱਖਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅੰਤ 11 ਨਵੰਬਰ ਸੰਨ 1675 ਈਸਵੀ ਨੂੰ ਚਾਨੀ ਚੌਂਕ ਵਿਖੇ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਜੈਤਾ ਜੀ ਅਤੇ ਹੋਰ ਗੁਰਸਿੱਖਾਂ ਨੇ ਬੈਠ ਕੇ ਪੂਰੀ ਸਕੀਮ ਬਣਾਈ, ਜੋ ਪੂਰੀ ਤਰ੍ਹਾਂ ਕਾਮਯਾਬ ਰਹੀ। ਉਸ ਸਮੇਂ ਇੱਕ ਜ਼ਬਰਦਸਤ ਝੱਖੜ ਆਇਆ। ਸਾਰੇ ਤਮਾਸ਼ਬੀਨ ਅਤੇ ਹਮਦਰਦ ਲੋਕ ਜੋ ਇਹ ਘਟਨਾ ਦੇਖਣ ਲਈ ਇੱਕ ਹੋਏ ਸਨ, ਉੱਥੋਂ ਨੱਠ ਉੱਠੇ। ਹਲਚਲ ਮੱਚ ਗਈ। ਇਸ ਹਲਚਲ ਵਿੱਚ ਹੀ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਪਹਿਲਾਂ ਬਣਾਈ ਵਿਉਂਤ ਅਨੁਸਾਰ ਆਪਣੇ ਹੋਰ ਗੁਰਸਿੱਖ ਸਾਥੀਆਂ ਸਮੇਤ ਨਿਕਲ ਗਏ। ਅਤੇ ਉੱਧਰ ਭਾਈ ਉਦੇ ਜੀ ਅਤੇ ਭਾਈ ਲੱਖੀ ਸ਼ਾਹ ਵਣਜਾਰੇ ਨੇ ਵਿਉਂਤ ਬਣਾ ਕੇ ਧੜ ਉੱਥੋਂ ਚੁੱਕਿਆ ਅਤੇ ਉਸ ਜਗ੍ਹਾ ਲਿਆ ਕੇ ਸੰਸਕਾਰ ਕੀਤਾ ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਸਥਾਪਿਤ ਹੈ। ਕਿਉਂਕਿ ਸਰਕਾਰੀ ਸਿਪਾਹੀਆਂ ਦੇ ਵਿੱਚ ਹਲਚਲ ਮੱਚ ਚੁੱਕੀ ਸੀ ਅਤੇ ਖਤਰਾ ਸੀ ਕਿ ਕਿਤੇ ਉਹ ਨਾ ਆ ਪਹੁੰਚਣ, ਇਸ ਲਈ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ। ਸੋ ਭਾਈ ਜੈਤਾ ਜੀ ਨੇ ਤਰਾਵੜੀ ਵਿੱਚ ਇੱਕ ਗੁਰਸਿੱਖ ਦੇ ਘਰ ਪਹੁੰਚ ਕੇ ਆਪਣੇ ਸਾਰੇ ਬਸਤਰ ਆਦਿ ਬਦਲੇ। ਸੀਸ ਨੂੰ ਨਿੰਮ ਦੇ ਪੱਤਿਆਂ ਵਿੱਚ ਰੱਖ ਕੇ ਰੁਮਾਲੇ ਵਿੱਚ ਲਪੇਟ ਕੇ ਅੱਗੇ ਵੱਲ ਨੂੰ ਚਾਲੇ ਪਾਏ। ਉੱਥੋਂ ਤੁਰ ਕੇ ਭਾਈ ਜੈਤਾ ਜੀ ਨੇ ਸਿੱਧਾ ਕੀਰਤਪੁਰ ਸਾਹਿਬ ਜਾ ਦਮ ਲਿਆ। ਕੀਰਤਪੁਰ ਸਾਹਿਬ ਦਾ ਸਾਰਾ ਇਲਾਕਾ ਹੀ ਗੁਰੂ ਸਾਹਿਬ ਨਾਲ ਸੰਬੰਧਿਤ ਸੀ ਅਤੇ ਇਸ ਲਈ ਦੁਸ਼ਮਣ ਦਾ ਇੱਥੇ ਕੋਈ ਖਤਰਾ ਨਹੀਂ ਸੀ। ਇੱਥੇ ਪਾਲਕੀ ਦਾ ਇੰਤਜ਼ਾਮ ਕਰਕੇ ਅਨੰਦਪੁਰ ਸਾਹਿਬ ਨੂੰ ਗਏ, ਜਿੱਥੇ ਇਹ ਵਿਮਾਨ ਸੀਸ ਦੇ ਨਾਲ ਸੰਗਤਾਂ ਦਾ ਜਲੂਸ ਸ਼ੁਰੂ ਹੋਇਆ। ਉੱਥੇ ਗੁਰਦੁਆਰਾ ਵਿਮਾਨਗੜ੍ਹ ਸਥਾਪਿਤ ਹੈ। ਇੱਕ ਛੋਟੀ ਸੁੰਦਰ ਪਾਲਕੀ ਨੂੰ ਕੀਮਤੀ ਦੁਸ਼ਾਲਿਆਂ ਅਤੇ ਫੁੱਲਾਂ ਦੇ ਨਾਲ ਸਜਾ ਕੇ ਉਸ ਵਿੱਚ ਗੁਰੂ ਸਾਹਿਬ ਦਾ ਸੀਸ ਸਜਾਇਆ ਗਿਆ ਅਤੇ ਕੀਰਤਨ ਕਰਦਿਆਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਪੁੱਜੀਆਂ। ਅੱਗੋਂ ਗੁਰੂ ਗੋਬਿੰਦ ਰਾਏ, ਮਾਤਾ ਗੁਜਰੀ ਜੀ, ਮਾਤਾ ਕਿਰਪਾਲ ਜੀ ਅਤੇ ਗੁਰਸਿੱਖਾਂ ਨੇ ਸਵਾਗਤ ਕੀਤਾ ਅਤੇ ਸੀਸ ਗੰਜ ਅਨੰਦਪੁਰ ਸਾਹਿਬ ਦੇ ਵਿੱਚ ਉਸ ਸਥਾਨ 'ਤੇ ਗੁਰੂ ਸਾਹਿਬ ਦਾ ਸੰਸਕਾਰ ਕੀਤਾ ਗਿਆ। ਇਸ ਸਾਰੀ ਨਿਡਰਤਾ ਭਰੀ ਘਾਲਣਾ ਅਤੇ ਸ਼ੂਰਵੀਰਤਾ 'ਤੇ ਗੁਰੂ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਨੂੰ ਗਲ ਨਾਲ ਲਾ ਲਿਆ ਅਤੇ ਰੰਗਰੇਟੇ ਕਹਿ ਕੇ ਸਨਮਾਨਿਤ ਕੀਤਾ। ਬੇਅੰਤ ਅਸੀਸਾਂ ਬਖਸ਼ ਕੇ ਰੰਗਰੇਟੇ
ਸ਼ੂਰਵੀਰ ਨੂੰ ਦਸਤਾਰ ਗੁਰੂ ਕੇ ਬੇਟੇ ਤੇ ਚੋਲਾ ਬਖਸ਼ ਕੇ ਆਪਣੇ ਇੱਕ ਦਸਤੇ ਦਾ ਜਥੇਦਾਰ ਵੀ ਨਿਯੁਕਤ ਕੀਤਾ। ਗਿਆਨੀ ਗਿਆਨ ਸਿੰਘ ਜੀ ਨੇ ਖਾਲਸਾ ਤਵਾਰੀਖ ਵਿੱਚ ਲਿਖਿਆ ਹੈ ਕਿ ਬਾਬਾ ਜੀ ਨੇ ਗੁਰੂ ਸਾਹਿਬ ਨਾਲ ਹਰ ਜੰਗ ਦੇ ਵਿੱਚ ਹਿੱਸਾ ਲਿਆ, ਪਰ ਜੋ ਜੋਹਰ ਉਹਨਾਂ ਨੇ 1701 ਤੋਂ 1704 ਈਸਵੀ ਦੇ ਯੁੱਧਾਂ ਵਿੱਚ ਵਿਖਾਏ ਉਹ ਵਰਣਨਯੋਗ ਨੇ। ਨਾਲ 1701 ਤੇ 1704 ਈਸਵੀ ਤੱਕ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਕਈ ਯੁੱਧ ਹੋਏ। ਇਹ ਯੁੱਧ ਦਿੱਲੀ ਦੀਆਂ ਸ਼ਾਹੀ ਫੌਜਾਂ, ਲਾਹੌਰ ਤੇ ਸਰਹੱਦ ਦੇ ਸੂਬੇਦਾਰਾਂ ਦੀਆਂ ਫੌਜਾਂ, ਜੋ ਪਹਾੜੀ ਹਿੰਦੂ ਰਾਜਿਆਂ ਦੇ ਸੱਦੇ ਤੇ ਸਹਾਇਤਾ ਲਈ ਆਈਆਂ ਸਨ, ਉਹਨਾਂ ਨਾਲ ਹੋਈਆਂ ਸਨ। ਗੁਰੂ ਸਾਹਿਬ ਨੇ 20 ਦਸੰਬਰ 1704 ਨੂੰ ਜੰਗ ਦਾ ਅਸਥਾਨ ਬਦਲਣ ਲਈ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ। ਦੁਸ਼ਮਣਾਂ ਨੇ ਕੀਤੇ ਇਕਰਾਰਾਂ ਤੇ ਖਾਧੀਆਂ ਕਸਮਾਂ ਭੁਲਾ ਕੇ ਪਿੱਛੋਂ ਹਮਲਾ ਕੀਤਾ, ਸਰਸਾ ਨਦੀ ਦੇ ਕੰਢੇ ਤੇ ਹੱਲਾ ਬੋਲ ਦਿੱਤਾ। ਇੱਥੇ ਘਮਾਸਾਨ ਯੁੱਧ ਹੋਇਆ, ਜੋ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਜੰਗ ਆਖੀ ਜਾਂਦੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੇ ਸਿੰਘ ਜੀ ਦੇ ਜਥੇ ਵੈਰੀਆਂ ਨੂੰ ਰੋਕਣ ਲਈ ਦੀਵਾਰ ਬਣ ਕੇ ਖਲੋ ਗਏ, ਤਾਂ ਜੋ ਗੁਰੂ ਸਾਹਿਬ ਤੇ ਉਹਨਾਂ ਦਾ ਪਰਿਵਾਰ ਸਰਸਾ ਨਦੀ ਪਾਰ ਕਰ ਜਾਣ। ਗੁਰੂ ਸਾਹਿਬ ਹੋਰ ਫੌਜਾਂ ਤੇ ਪਰਿਵਾਰ ਨੇ ਸਰਸਾ ਨਦੀ ਪਾਰ ਕਰਨੀ ਸ਼ੁਰੂ ਕਰਤੀ। ਰਾਤ ਦੇ ਕੁੱਪ ਹਨੇਰੇ ਦੇ ਵਿੱਚ ਸਰਸਾ ਦੇ ਠੰਡੇ ਤੇ ਤੇਜ਼ ਪਾਣੀ ਨੇ ਕਈ ਸਿੰਘਾਂ, ਸਿੰਘਣੀਆਂ ਤੇ ਬੱਚਿਆਂ ਦੀਆਂ ਜਾਨਾਂ ਹੜੱਪ ਲਈਆਂ। ਗੁਰੂ ਸਾਹਿਬ ਦਾ ਸਾਰਾ ਕੀਮਤੀ ਸਮਾਨ, ਵਿੱਦਿਆ, ਧਰ, ਗ੍ਰੰਥ ਵੀ ਇਸ ਦੀ ਭੇਟਾ ਹੋ ਗਏ ਤੇ ਸਾਰੇ ਸਿੰਘ ਖੇਰੂ ਖੇਰੂ ਹੋ ਗਏ। ਉੱਧਰ ਵੈਰੀਆਂ ਨੇ ਬਾਬਾ ਅਜੀਤ ਸਿੰਘ ਜੀ ਤੇ ਭਾਈ ਉਦੇ ਸਿੰਘ ਜੀ ਨੂੰ ਘੇਰਾ ਪਾ ਰੱਖਿਆ ਸੀ। ਇਹ ਜਾਣ ਕੇ ਭਾਈ ਜੀਵਨ ਸਿੰਘ ਜੀ, ਯਾਨੀ ਕਿ ਭਾਈ ਜੈਤਾ ਜੀ, ਘੋੜੇ ਦੀਆਂ ਲਗਾਮਾਂ ਮੂੰਹ ਵਿੱਚ ਲੈ ਕੇ, ਦੋਹਾਂ ਹੱਥਾਂ ਦੇ ਵਿੱਚ ਤਲਵਾਰਾਂ ਲੈ ਕੇ ਦੁਸ਼ਮਣ ਤੇ ਬਿਜਲੀ ਵਾਂਗ ਜਾ ਪਏ ਤੇ ਬਾਬਾ ਅਜੀਤ ਸਿੰਘ ਜੀ ਨੂੰ ਬਚਾ ਕੇ ਗੁਰੂ ਜੀ ਦੇ ਨਾਲ ਆ ਮਿਲੇ। ਅਨੰਦਪੁਰ ਸਾਹਿਬ ਤੋਂ ਤੁਰਨ ਸਮੇਂ ਸਿੰਘਾਂ ਦੀ ਗਿਣਤੀ 1,500 ਸੀ। ਇਹਨਾਂ ਵਿੱਚੋਂ ਬੜੀ ਮੁਸ਼ਕਲ ਦੇ ਨਾਲ 150 ਸਿੰਘ ਹੀ ਸਰਸਾ ਪਾਰ ਪਹੁੰਚ ਸਕੇ। ਕਾਫੀ ਖਿੰਡ ਗਏ ਤੇ ਕਾਫੀ ਸ਼ਹੀਦ ਹੋ ਗਏ। ਗੁਰੂ ਸਾਹਿਬ ਜੀ ਜਿਸ ਵੇਲੇ ਰੋਪੜ ਪੁੱਜੇ ਤਾਂ ਅੱਗੋਂ ਰੋਪੜੀ ਪਠਾਣ ਰਸਤਾ ਘੇਰੀ ਬੈਠੇ ਸੀ। ਪਠਾਣਾ ਦਾ ਮੂੰਹ ਭੰਨ ਕੇ ਸਤਿਗੁਰੂ ਜੀ ਚਮਕੌਰ ਸਾਹਿਬ ਪਹੁੰਚੇ। ਚਮਕੌਰ ਦੇ ਵਸਨੀਕਾਂ ਨੇ ਗੁਰੂ ਸਾਹਿਬ ਨੂੰ ਇੱਕ ਹਵੇਲੀ ਗੜੀ ਦਿੱਤੀ, ਕਿਉਂਕਿ ਦੁਸ਼ਮਣ ਪਿੱਛਾ ਕਰ ਰਹੇ ਸੀ। ਇਸ ਲਈ ਗੁਰੂ ਸਾਹਿਬ ਨੇ ਇੱਥੇ ਮੋਰਚਾ ਬੰਦੀ ਕੀਤੀ। ਦੂਜੇ ਦਿਨ ਸਵੇਰੇ ਹੀ ਗੁਰੂ ਸਾਹਿਬ, ਸਾਹਿਬਜ਼ਾਦੇ ਤੇ ਕੁਝ ਸਿੰਘ ਅਟਾਰੀ ਤੇ ਜਾ ਬੈਠੇ। ਭਾਈ ਜੀਵਨ ਸਿੰਘ ਜੀ, ਯਾਨੀ ਭਾਈ ਜੈਤਾ ਜੀ ਨੂੰ ਨਗਾੜੇ ਤੇ ਚੋਟ ਮਾਰਨ ਲਈ ਹੁਕਮ ਹੋਇਆ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਉਸ ਸਮੇਂ ਨਗਾਰਚੀ ਦੀ ਡਿਊਟੀ ਇੱਕ ਮਹੱਤਵਪੂਰਨ ਡਿਊਟੀ ਹੁੰਦੀ ਸੀ। ਵੈਰੀਆਂ ਦੀ ਫੌਜ ਜਦ ਤੀਰਾਂ ਤੇ ਗੋਲੀਆਂ ਦੀ ਮਾਰ ਹੇਠ ਆ ਗਈ ਤਾਂ ਸਿੰਘਾਂ ਨੇ ਗੜੀ ਵਿੱਚੋਂ ਗੋਲੀਆਂ ਤੇ ਤੀਰਾਂ ਦੀ ਬੁਛਾਰ ਕੀਤੀ। ਫੌਜ ਅੱਗੇ ਵਧਣੋਂ ਰੁਕ ਗਈ ਤੇ ਉਹਨਾਂ ਘੇਰਾ ਪਾ ਲਿਆ। ਉਹਨਾਂ ਗੜੀ ਤੇ ਹਮਲੇ ਕੀਤੇ, ਹੱਲੇ ਕਰਨ ਦੇ ਯਤਨ ਕੀਤੇ, ਪਰ ਸਿੰਘਾਂ ਦੀ ਬਹਾਦਰੀ ਕਾਰਨ ਉਹ ਗੜੀ ਦੇ ਨੇੜੇ ਤੱਕ ਨਾ ਪਹੁੰਚ ਸਕੇ। ਅੰਤ ਸਿੰਘਾਂ ਪਾਸਿਓਂ
ਤੀਰ ਗੋਲੀਆਂ ਮੁੱਕਣ ਲੱਗੀਆਂ। ਹੁਣ ਸਵਾਏ ਹੱਥੋ ਹੱਥ ਲੜਾਈ ਦੇ ਕੋਈ ਚਾਰਾ ਨਹੀਂ ਸੀ। ਹੁਣ ਇੱਥੇ ਜ਼ਰੂਰੀ ਸੀ ਕਿ ਕਿਸੇ ਤਰੀਕੇ ਨਾਲ ਰਾਤ ਪੈਣ ਤੱਕ ਮੈਦਾਨ ਗਰਮ ਰਹੇ ਅਤੇ ਰਾਤ ਦੇ ਸਮੇਂ ਕੁਝ ਹੋਰ ਵਿਉਂਤ ਬਣਾਈ ਜਾ ਸਕੇ। ਇਸ ਲਈ ਸਿੰਘਾਂ ਨੇ ਛੋਟੇ ਛੋਟੇ ਜਥੇ ਬਣਾ ਕੇ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ। ਸ਼ਹੀਦੀਆਂ ਦਾ ਅਜਿਹਾ ਦੌਰ ਚੱਲਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨੇ ਵੀ ਸ਼ਹੀਦੀ ਦਾ ਜਾਮ ਪੀਤਾ। ਸ਼ਾਮ ਪੈ ਗਈ, ਕੇਵਲ 12 ਸਿੰਘ ਗੜੀ ਦੇ ਵਿੱਚ ਰਹਿ ਗਏ। ਯੁੱਧ ਰੁਕ ਗਿਆ। ਗੁਰੂ ਸਾਹਿਬ ਨੂੰ ਪੰਜ ਸਿੰਘਾਂ ਨੇ ਗੁਰੂ ਪੰਥ ਦੇ ਰੂਪ ਦੇ ਵਿੱਚ ਹੁਕਮ ਦਿੱਤਾ ਕਿ ਤੁਸੀਂ ਗੜੀ ਛੱਡ ਕੇ ਚਲੇ ਜਾਓ ਅਤੇ ਜਾ ਕੇ ਦੁਬਾਰਾ ਗੁਰੂ ਪੰਥ ਦਾ ਮਾਰਗ ਦਰਸ਼ਨ ਕਰੋ। ਗੁਰੂ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਮੇਤ ਗੜੀ ਤੋਂ ਇੱਕ ਖਾਸ ਵਿਉਂਤ ਅਨੁਸਾਰ ਨਿਕਲੇ ਅਤੇ ਵੈਰੀ ਨੂੰ ਇਹੋ ਜਿਹੇ ਚੱਕਰਾਂ ਦੇ ਵਿੱਚ ਪਾ ਗਏ ਕਿ ਉਹ ਆਪਸ ਵਿੱਚ ਹੀ ਲੜ ਮਰੇ। ਦੂਸਰੇ ਦਿਨ ਵੈਰੀ ਬਹੁਤ ਦੁਖੀ ਸੀ ਕਿਉਂਕਿ ਰਾਤ ਨੂੰ ਗੁਰੂ ਸਾਹਿਬ ਦੀ ਵਿਉਂਤ ਅਨੁਸਾਰ ਉਹ ਆਪਸ ਵਿੱਚ ਆਪਣਾ ਬਹੁਤ ਸਾਰਾ ਨੁਕਸਾਨ ਕਰ ਬੈਠੇ ਸੀ। ਗੁਰੂ ਸਾਹਿਬ ਜਾਣ ਤੋਂ ਪਹਿਲਾਂ ਆਪਣੀ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਭੇਟ ਕਰ ਗਏ। ਅਗਲੇ ਦਿਨ ਵੈਰੀਆਂ ਨੇ ਗੜੀ 'ਤੇ ਹੱਲਾ ਕਰ ਦਿੱਤਾ। ਸਿੰਘਾਂ ਨੇ ਤਲਵਾਰ ਦੇ ਬਹੁਤ ਜੋਹਰ ਦਿਖਾਏ। ਭਾਈ ਜੀਵਨ ਸਿੰਘ ਜੀ ਯਾਨੀ ਭਾਈ ਜੈਤਾ ਜੀ ਇੱਕ ਬੁਰਜ ਦੇ ਵਿੱਚ ਬੈਠੇ ਆਪਣੀ ਬੰਦੂਕ ਦੇ ਨਾਲ ਵੈਰੀ ਨੂੰ ਭੁੰਨ ਰਹੇ ਸਨ ਅਤੇ ਫਿਰ ਉਹ ਵੈਰੀਆਂ ਦੇ ਆਹੂ ਲਗਾਉਂਦੇ ਹੋਏ ਇਸ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਭਾਈ ਜੀਵਨ ਸਿੰਘ ਜੀ ਯਾਨੀ ਭਾਈ ਜੈਤਾ ਜੀ ਨੇ ਜਿੱਥੇ ਬੈਠ ਕੇ ਜੰਗ ਕੀਤੀ ਸੀ ਉੱਥੇ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਗੁਰਦੁਆਰਾ ਸ਼ਹੀਦੀ ਬੁਰਜ ਬਾਬਾ ਜੀਵਨ ਸਿੰਘ ਜੀ ਸਥਾਪਿਤ ਹੈ। ਸੋ ਇਹ ਸਨ ਕੁਝ ਖਾਸ ਗੱਲਾਂ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਸੀ ਭਾਈ ਜੈਤਾ ਜੀ ਯਾਨੀ ਕਿ ਭਾਈ ਜੀਵਨ ਸਿੰਘ ਜੀ ਦੇ ਜੀਵਨ ਦੇ ਬਾਰੇ। ਉਮੀਦ ਕਰਦੇ ਹਾਂ ਅੱਜ ਦੀ ਇਹ ਸਾਖੀ ਤੁਹਾਨੂੰ ਚੰਗੀ ਲੱਗੀ ਹੋਏਗੀ ਅਤੇ ਇਤਿਹਾਸ ਦੱਸਣ ਵੇਲੇ ਜੇਕਰ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਤੁਹਾਡੇ ਤੋਂ ਮਾਫ਼ੀ ਚਾਹਵਾਂਗੇ ਅਤੇ ਭਾਈ ਜੀਵਨ ਸਿੰਘ ਜੀ ਦੇ ਬਾਰੇ ਤੁਸੀਂ ਵੀ ਕੁਝ ਜਾਣਦੇ ਹੋਵੋ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਤੇ ਇਸੇ ਤਰ੍ਹਾਂ ਹੋਰ ਸਾਖੀਆਂ ਦੇਖਣ ਦੇ ਲਈ ਜੁੜੇ ਰਹੋ ਸਿੱਖ ਯੂਨੀਵਰਸ ਦੇ ਨਾਲ।